ਸਿੱਖ ਇਤਿਹਾਸ ਦੀ ਮਹਾਨ ਗਾਥਾ। ਗੁਰੂ ਰੂਪ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਸਿੱਖ ਇਤਿਹਾਸ ਦੀ ਮਹਾਨ ਗਾਥਾ ਵਿੱਚ ਆਪ ਜੀ ਦਾ ਸਵਾਗਤ ਹੈ ਅਤੇ ਅੱਜ 6 ਅਪ੍ਰੈਲ ਦੀ ਸਿੱਖ ਗਾਥਾ ਸ਼ਹੀਦ ਭਾਈ ਮਨੀ ਸਿੰਘ ਜੀ ਅਤੇ ਸਰਦਾਰ ਗੁਰਦਾਸ ਸਿੰਘ ਜੀ ਨਾਲ ਸੰਬੰਧਿਤ ਹੈ। ਜਦੋਂ 7 ਅਕਤੂਬਰ 1708 ਈਸਵੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਜ਼ੂਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਸਨ, ਭਾਈ ਮਨੀ ਸਿੰਘ ਜੀ ਨੇ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਹੋਇਆਂ 1709 ਈਸਵੀ ਨੂੰ ਵਿਸਾਖੀ ਦਾ ਗੁਰਪੁਰਬ ਅੰਮ੍ਰਿਤਸਰ ਵਿੱਚ ਮਨਾਉਣ ਦਾ ਫੈਸਲਾ ਕੀਤਾ ਸੀ ਅਤੇ ਦੂਰ ਦੂਰ ਤੱਕ ਸੱਦਾ ਪੱਤਰ ਘੱਲ ਦਿੱਤੇ ਸਨ। ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਬਾਬਾ ਪਿਰਥੀ ਚੰਦ ਅਤੇ ਉਸ ਦੀ ਔਲਾਦ ਨੂੰ ਮੀਨੇ ਕਹਿ ਕੇ ਸੱਦਿਆ ਜਾਂਦਾ ਹੈ। ਮੀਨੇ ਸ਼ੁਰੂ ਤੋਂ ਲੈ ਕੇ ਹੀ ਗੁਰੂ ਘਰ ਦੇ ਦੁਖੀ ਰਹੇ ਹਨ। ਵਿਸਾਖੀ ਦੇ ਮੌਕੇ ਅੰਮ੍ਰਿਤਸਰ ਵਿੱਚ ਮੀਨਿਆਂ ਦਾ ਮੁਖੀ ਸੋਢੀ ਨਿਰੰਜਨ ਰਾਏ ਦਾ ਜਾਨਸ਼ੀਨ ਮਹਾਜਨ ਚੂੜਮਲ ਸੀ। ਉਸ ਦੇ ਦੋ ਪੁੱਤਰ ਸਨ, ਮੋਕਮ ਸਿੰਘ ਜਿਨ੍ਹੇ ਅੰਮ੍ਰਿਤ ਛਕ ਲਿਆ ਸੀ ਤੇ ਗੁਰੂ ਵਾਲਾ ਬਣ ਗਿਆ ਸੀ, ਪਰ ਦੂਜਾ ਰਾਮੂ ਮਲ ਜੋ ਬਹੁਤ ਖੋਟਾ ਅਤੇ ਪਿਓ ਵਾਂਗ ਹੀ ਗੁਰੂ ਘਰ ਦਾ ਦੋਖੀ ਸੀ। ਉਸ ਦਾ ਕਿਸੇ ਨਿਗੂਣੀ ਜੀ ਗੱਲ ਉੱਤੇ ਸਿੰਘਾਂ ਨਾਲ ਝਗੜਾ ਹੋ ਗਿਆ, ਜਿਸ ਕਾਰਨ ਰਾਮੂ ਮਲ ਨੇ ਸਿੱਖਾਂ ਅਤੇ ਗੁਰੂਆਂ ਪ੍ਰਤੀ ਮੰਦੇ ਸ਼ਬਦ ਵੀ ਬੋਲੇ, ਜਿਸ ਕਾਰਨ ਸਿੱਖਾਂ ਨੇ ਰਾਮੂ ਮਲ ਦੀ ਚੰਗੀ ਕੁੱਟਮਾਰ ਵੀ ਕਰ ਦਿੱਤੀ ਸੀ ਤੇ ਮਾਰ ਖਾ ਕੇ ਰਾਮੂ ਮਲ ਨੇ ਆਪਣੇ ਪਿਤਾ ਚੂੜਮਲ ਕੋਲ ਜਾ ਸ਼ਿਕਾਇਤ ਕੀਤੀ ਸੀ। ਚੂੜਮਲ ਨੇ ਹੋਰ ਆਪਣੇ ਤਰ੍ਹਾਂ ਦੇ ਸਿੱਖ ਵਿਰੋਧੀ ਹਮਾਇਤੀਆਂ ਨੂੰ ਨਾਲ ਮਿਲ ਕੇ ਇਹ ਮਤਾ ਪਕਾਇਆ ਤੇ ਕਹਿਣ ਲੱਗਾ ਕਿ ਹੁਣ ਮੈਂ ਸਿੱਖਾਂ ਨੂੰ ਅੰਮ੍ਰਿਤਸਰ ਵਿੱਚ ਨਹੀਂ ਰਹਿਣ ਦੇਵਾਂਗਾ ਤੇ ਹਮਾਇਤੀਆਂ ਦੇ ਨਾਲ ਸੁਲਹਿ ਕਰਕੇ ਕਹਿਣ ਲੱਗਾ ਕਿ ਮੈਂ ਖੱਤਰੀ ਦਾ ਪੁੱਤ ਹਾਂ, ਮੈਂ ਖੱਤਰੀ ਨਹੀਂ, ਜੇ ਸਿੱਖਾਂ ਨੂੰ ਅੰਮ੍ਰਿਤਸਰ ਤੋਂ ਬਾਹਰ ਨਾ ਕਢਵਾ ਦੇਵਾਂ ਤਾਂ। ਭਾਈ ਮਨੀ ਸਿੰਘ ਜੀ ਨੇ ਚੂੜਮਲ ਨੂੰ ਬਹੁਤ ਸਮਝਾਇਆ ਪਰ ਉਹ ਨਾ ਸਮਝਿਆ ਤੇ ਨਾਜ਼ਮ ਲਾਹੌਰ ਰਾਹੀਂ ਹਰ ਸਹਾਏ ਹਾਕਮ ਪੱਟੀ ਨੂੰ ਚੜਾ ਲਿਆਇਆ। ਸਿੰਘ ਵੀ ਚੂੜੀਆਂ ਪਾ ਕੇ ਨਹੀਂ ਬੈਠੇ ਹੋਏ ਸਨ, ਘਮਸਾਨ ਦਾ ਯੁੱਧ ਹੋਇਆ। ਸਿੰਘ ਸੂਰਮਿਆਂ ਨੇ ਤਲਵਾਰਾਂ ਦੇ ਜ਼ੋਰ ਵਿਖਾਏ ਤੇ ਅੱਜ ਦੇ ਦਿਨ 6 ਅਪ੍ਰੈਲ 1709 ਈਸਵੀ ਨੂੰ ਹਾਕਮ ਹਰ ਸਹਾਏ ਨੂੰ ਭਾਈ ਤਾਰਾ ਸਿੰਘ ਜੀ ਵਾਂ ਵਾਲਿਆਂ ਦੇ ਪਿਤਾ ਸਰਦਾਰ ਗੁਰਦਾਸ ਸਿੰਘ ਜੀ ਨੇ ਮਾਰ ਮੁਕਾਇਆ। ਚੂੜਮਲ ਦਾ ਹੰਕਾਰ ਫਿਰ ਵੀ ਠੰਡਾ ਨਾ ਹੋਇਆ ਤੇ ਉਹ ਲਾਹੌਰ ਦੇ ਹਾਕਮ ਅਸਲਮ ਖਾਨ ਕੋਲ ਜਾ ਫਰਿਆਦੀ ਹੋਇਆ, ਜਿਨ੍ਹੇ ਦੇਵੇ ਨਾਮ ਦੇ ਹਾਕਮ ਨੂੰ ਫੌਜ ਦੇ ਕੇ ਸਿੱਖਾਂ ਦੇ ਵਿਰੁੱਧ ਘੱਲ ਦਿੱਤਾ, ਜਿਸ ਤੇ ਸਿੰਘਾਂ ਦੀ ਕਮਾਨ ਭਾਈ ਮਨੀ ਸਿੰਘ ਨੇ ਖੁਦ ਸੰਭਾਲ ਲਈ ਤੇ ਅੰਮ੍ਰਿਤਸਰ ਵਿੱਚ ਅੱਜ ਦੇ ਦਿਨ ਬੜੀ ਭਿਆਨਕ ਲੜਾਈ ਹੋਈ, ਜਿਸ ਲੜਾਈ ਦੇ ਵਿੱਚ ਦੇਵੇ ਖਾਨ ਮਾਰਿਆ ਗਿਆ ਅਤੇ ਸਿੰਘਾਂ ਦੀ ਜਿੱਤ ਹੋਈ। ਅੱਜ ਸਿਰਫ ਇੰਨਾ ਹੀ ਤੇ ਹੁਣ ਕੱਲ੍ਹ ਪੁੱਛੇ ਗਏ ਸਵਾਲ ਦਾ ਠੀਕ ਜਵਾਬ ਹੈ, ਚਾਬੀਆਂ ਦਾ ਮੋਰਚਾ ਬਾਬਾ ਖੜਕ ਸਿੰਘ ਜੀ ਨੇ ਲਗਾਇਆ ਸੀ। ਇਹ ਠੀਕ ਜਵਾਬ ਸਾਨੂੰ ਸਭ ਤੋਂ ਪਹਿਲਾਂ ਭੇਜਿਆ ਸਰਦਾਰ ਧਰਮਪਾਲ ਸਿੰਘ ਜੀ ਨੇ ਹਿਸਾਰ ਹਰਿਆਣਾ ਤੋਂ, ਇਹਨਾਂ ਦਾ ਧੰਨਵਾਦ। ਤੇ ਹੁਣ ਅੱਜ ਦਾ ਸਵਾਲ ਹੈ, ਬਾਬਾ ਪ੍ਰਿਥੀ ਚੰਦ ਜੀ ਦੀ ਔਲਾਦ ਨੂੰ ਕੀ ਕਹਿ ਕੇ ਸੱਦਿਆ ਜਾਂਦਾ ਹੈ? ਸਵਾਲ ਦਾ ਜਵਾਬ ਭੇਜਣ ਲਈ ਆਪਣੇ ਮੋਬਾਈਲ ਦੇ ਮੈਸੇਜ ਬਾਕਸ ਵਿੱਚ ਜਾ ਕੇ ਲਿਖੋ SIMG ਤੇ ਫਿਰ ਆਪਣਾ ਨਾਮ ਤੇ ਜਵਾਬ ਲਿਖ ਕੇ ਸਾਨੂੰ ਭੇਜ ਦੇਵੋ 5424254 ਤੇ। ਜਿਹੜੇ ਦਰਸ਼ਕ ਦਾ ਠੀਕ ਜਵਾਬ ਸਭ ਤੋਂ ਪਹਿਲਾਂ ਪਹੁੰਚੇਗਾ ਉਹ ਹੋਵੇਗਾ ਸਾਡਾ ਵਿਜੇਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸੰਗਤ ਜੀ, ਸਿੱਖ ਇਤਿਹਾਸ ਦੀ ਮਹਾਨ ਗਾਥਾ ਸੰਬੰਧੀ ਆਪਣੇ ਸੁਝਾਅ ਦੇਣ ਲਈ ਲਿਖੋ SIMG ਅਤੇ ਭੇਜ ਦਿਓ 5424254 ਤੇ।